ਬਿੱਲੇ ਨੂੰ ਬੋਲ, ਮੈਂ ਕਰਦਾ ਹੁਣੇ। ਹੈਲੋ ਬਿੱਲੇ, ਕਿੱਥੇ ਰਹਿ ਗਿਆ ਯਾਰ? ਹੈਲੋ, ਇਹਨੂੰ ਕਿੰਨੀ ਵਾਰੀ ਕਿਹਾ, ਜਦੋਂ ਇੱਦਾਂ ਨਹੀਂ ਗੱਲ ਕਰਨੀ ਹੁੰਦੀ ਮੈਸੇਜ ਕਰਿਆ ਕਰੋ ਯਾਰ। ਕੀ ਗੱਲ ਆ ਯਾਰ ਅੱਜ? ਬਸ ਆ ਜਾ ਤੂੰ ਯਾਰ। ਆਵਾਂ ਕਿਵੇਂ? ਇਹਨੇ ਆਉਣ ਨਹੀਂ ਦੇਣਾ, ਕੋਈ ਬਹਾਨਾ ਦੱਸੋ ਯਾਰ। ਉਹ ਮੇਰੇ ਯਾਰ ਦਾ ਵਿਆਹ ਮਾਰ ਦੇ ਕੱਲਾ। ਯਾਰ ਆਊਂਗਾ ਤਾਂ ਮੈਂ 200% ਪਰ ਆਊਂਗਾ ਫੈਮਿਲੀ ਨਾਲ ਹੀ। ਤੈਨੂੰ ਪਤਾ ਨਾ, ਫੈਮਿਲੀ ਤੋਂ ਬਿਨਾਂ ਮੈਂ ਕਿਤੇ ਜਾਂਦਾ ਨਹੀਂ। ਨਾਲੇ ਫੈਮਿਲੀ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਨਾ, ਅਤੇ ਤੂੰ ਵੀ ਭਾਬੀ ਨੂੰ ਜ਼ਰੂਰ ਲੈ ਕੇ ਆਵੀਂ। ਓਕੇ ਬਾਏ। ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ, ਲੱਗੇ ਆ ਇਕੱਠੇ ਹੋ। ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ, ਲੱਗੇ ਆ ਇਕੱਠੇ ਹੋ। ਮੇਰੇ ਨਾਂ ਦਾ ਪੈਗ ਅੱਡ ਰੱਖ ਕੇ ਸਨੈਪ ਸਟੋਰੀਆਂ ਪਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ। ਸੋਚਾ ਪਾਵਾਂ ਕੀ ਕਹਾਣੀ ਮੈਂ, ਤੈਨੂੰ ਕੀ ਦੱਸਾਂ ਹੁਣ ਕਿਉਂ ਨੀ ਰੋਟੀ ਖਾਣੀ ਮੈਂ। ਨੀ ਮੈਂ ਕਦੋਂ ਦਾ ਸੋਚਾ ਪਾਵਾਂ ਕੀ ਕਹਾਣੀ ਮੈਂ, ਤੈਨੂੰ ਕੀ ਦੱਸਾਂ ਹੁਣ ਕਿਉਂ ਨੀ ਰੋਟੀ ਖਾਣੀ ਮੈਂ। ਮੈਨੂੰ ਘਰੇ ਬੈਠੇ ਨੂੰ ਬਿਸਕੀ ਵਾਲੇ ਕੀੜੇ ਖਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਬੜਾ ਸ਼ਿਵ ਜੋਤ ਨੂੰ ਛੁੱਟੀ ਦੇ ਦੇਵੇ, ਜਾ ਕਰ ਲੈ ਫਨ ਯਾਰਾਂ ਨਾਲ ਜੇ ਤੂੰ ਕਹਿ ਦੇਵੇ। ਕਰਾਂ ਸ਼ੁਕਰ ਬੜਾ ਸ਼ਿਵ ਜੋਤ ਨੂੰ ਛੁੱਟੀ ਦੇ ਦੇਵੇ, ਜਾ ਕਰ ਲੈ ਫਨ ਯਾਰਾਂ ਨਾਲ ਜੇ ਤੂੰ ਕਹਿ ਦੇਵੇ। ਤੇਰਾ ਹੁਸਨ ਜਾਪਦਾ ਦੇਖ ਨਖਰੇ ਹੋਰ ਸਤਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੀਜਾ ਚੌਥਾ ਲਾ ਲਿਆ ਹੋਣਾ ਏ, ਪੈਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ ਏ। ਹੁਣ ਤੱਕ ਤਾਂ ਤੀਜਾ ਚੌਥਾ ਲਾ ਲਿਆ ਹੋਣਾ ਏ, ਪੈਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ ਏ। ਅੰਗਰੇਜ਼ੀ ਵਾਲੀ ਮੈਡਮ ਲਾ ਕੇ ਹੇਕਾ ਲਾਈ ਜਾਂਦੇ ਆ। ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ।